ਲੁਧਿਆਣਾ ਦੇ SJD ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀ ਦੀ ਮੌਤ ਦੇ ਮਾਮਲੇ ਦੇ ਬਾਅਦ ਲੋਕਾਂ ਦੁਆਰਾ ਗੁੱਸਾ ਜ਼ਾਹਿਰ ਕਰਦੇ ਹੋਏ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਸਕੂਲ ਦੇ ਬੱਚਿਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੁਆਰਾ ਸਕੂਲ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਜਲਦ ਤੋਂ ਜਲਦ ਗ੍ਰਿਫਤਾਰੀ ਕਰਨ ਦੀ ਗੱਲ ਆਖੀ। ਉੱਥੇ ਪੀੜਤ ਬੱਚੇ ਦੁਆਰਾ ਸਕੂਲ ਪ੍ਰਸ਼ਾਸਨ ਦੇ ਖਿਲਾਫ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪਹਿਲਾਂ ਵੀ ਸਕੂਲ ਦੇ ਟੀਚਰਾਂ ਦੁਆਰਾ ਬੱਚਿਆਂ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਸੀ। ਉੱਥੇ ਬੱਚੇ ਦੁਆਰਾ ਧਨੰਜੇ ਦੀ ਮੌਤ ਤੋਂ ਬਾਅਦ ਆਰੋਪੀ ਸਕੂਲ ਟੀਚਰ ਅਤੇ ਪ੍ਰਿੰਸੀਪਲ ਦੇ ਖਿਲਾਫ ਕੜੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਦੱਸ ਦਈਏ ਕਿ ਸਕੂਲ ਦੇ ਬਾਹਰ ਭਾਰੀ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਘਟਨਾ ਨਾ ਘਟ ਸਕੇ। ਇਸੇ ਦੌਰਾਨ ਥਾਣਾ ਡਾਬਾ ਦੇ SHO ਪਵਿੱਤਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਤਲਾਸ਼ ਜਾਰੀ ਹੈ। ਜਲਦ ਤੋਂ ਜਲਦ ਗ੍ਰਿਫਤਾਰ ਕਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 5 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਉਹ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਹਾਲੇ ਤੱਕ ਆਰੋਪੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। SJD ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਸਰ, ਇਸਮੇ ਇੱਕ ਤੋਂ ਡਿਸਪਲਿਨ ਕੇ ਲਈ ਰੂਲ ਬਹੁਤ ਸਖਤ ਹੈ, ਉੱਪਰ ਸੇ ਬੱਚੋਂ ਕੀ ਸੁਣਵਾਈ ਨਹੀਂ ਕੀ ਜਾਤੀ ਹੈ, ਔਰ ਅਗਰ ਬੱਚਾ ਆਪਣੀ ਪ੍ਰੋਬਲਮ ਲੈ ਕੇ ਜਾਤਾ ਹੈ ਤੋ ਸਿਰਫ ਸੀਨੀਅਰ ਟੀਚਰੋਂ ਕੀ ਬਾਤ ਸੁਣੀ ਜਾਤੀ ਹੈ, ਔਰ ਸੀਨੀਅਰ ਟੀਚਰ ਬੱਚੋਂ ਕੋ ਇਤਨਾ ਜਲੀਲ ਕਰਤੇ ਹੈ, ਮਾਰਤੇ ਹੈ ਛੋਟੀ ਛੋਟੀ ਬਾਤ ਲੈ ਕੇ ਕਿ ਪੂਛੋ ਹੀ ਮਤ, ਔਰ ਇਸਮੇ ਹਰ ਇੱਕ ਟਾਈਮ ਇੱਕ ਦੋ ਮਿੰਟ ਕਾ ਟਾਈਮ ਫਰਕ ਹੋਤਾ ਹੀ ਰਹਿਤਾ ਹੈ। ਇਸ ਸਕੂਲ ਮੇਂ 6:45 ਕਾ ਗਰੁੱਪ ਹੋਤਾ ਹੈ, ਅਗਰ ਬੱਚਾ ਇੱਕ ਸੈਕਿੰਡ ਵੀ ਲੇਟ ਹੋ ਜਾਤਾ ਹੈ ਤੋ 50 ਪੇ ਫਾਈਨ ਲਗਾ ਹੀ ਦੇਤੇ ਹੈ। ਸਰ ਹਮਕੋ ਯੇ ਸਕੂਲ ਬੰਦ ਚਾਹੀਏ, ਅਗਰ ਸਰਕਾਰ ਕੋ ਬੱਚੋਂ ਕੀ ਭਵਿਸ਼ ਕੀ ਚਿੰਤਾ ਹੈ ਕਿ ਮਾਰਚ ਤੱਕ ਪੇਪਰ ਹੋ ਜਾਣ ਦੋ, ਤੋ ਇਹ ਸਕੂਲ ਮਾਰਚ ਤੱਕ ਗਵਰਨਮੈਂਟ ਕੋ ਦੇ ਦੇ, ਔਰ ਉਸਕੇ ਬਾਅਦ ਮਾਰਚ ਕੇ ਬਾਅਦ ਇਹ ਸਕੂਲ ਮੇਂ ਤਾਲਾ ਲਗ ਜਾਏ। ਸਰ 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 ਬੱਚੋਂ ਕੋ ਪਰੇਸ਼ਾਨ ਬਹੁਤ ਕੀਆ ਜਾਤਾ ਹੈ, ਧਨੰਜੇ ਨੇ ਸਰ ਸਬਕੋ ਛੋਟੀ ਛੋਟੀ ਬਾਤੋਂ ਕੇ ਲਈ ਮੈਂਟੀ ਟੋਰਚਰ ਕੀਆ ਜਾਤਾ ਹੈ, ਔਰ ਧਨੰਜੇ ਨੇ ਸਰ ਫਾਂਸੀ ਲਗਾ ਲਈ ਹੈ ਸਿਰਫ ਟੋਰਚਰ ਕੇ ਵਜ੍ਹਾ ਸੇ। ਆਪਕੇ ਬੱਚੇ ਕੇ ਸਾਥ ਹੋ ਸਕਤਾ ਹੈ, ਉਸਨੇ ਆਪਣੀ ਲਾਈਵ ਵੀਡੀਓ ਦੀ ਹੈ, ਫਿਰ ਵੀ ਪੁਲਿਸ ਕੁਛ ਨਹੀਂ ਕਰ ਰਹੀ ਹੈ, ਔਰ ਸਕੂਲ ਇਤਨੇ ਬੜੇ ਖਤਰੇ ਮੇਂ, ਇਸਕਾ ਮਾਲਿਕ ਅਭੀ ਤੱਕ ਯਹਾਂ ਤੱਕ ਆਏ ਨਹੀਂ, ਨਜ਼ਰ ਨਹੀਂ ਆਇਆ ਕਿ ਹਾਂ ਮੇਰੇ ਸਕੂਲ ਮੇਂ ਇਹ ਸਭ ਹੋ ਕਿਆ ਰਹਾ ਹੈ, ਉਹ ਗਲਤ ਹੈ ਤਭੀ ਤੋ ਨਹੀਂ ਆ ਰਹਾ। ਸਰ ਮੇਰੇ ਦੋ ਬੱਚੇ ਪੜ੍ਹਦੇ ਹੈ ਇਸ ਸਕੂਲ ਮੇਂ, ਗ੍ਰਿਫਤਾਰ ਕੀਆ ਜਾ ਸਰ, ਪੂਨਮ ਕੀ ਗ੍ਰਿਫਤਾਰੀ ਚਾਹੀਏ ਪ੍ਰਭੂ ਔਰ ਪ੍ਰਭੂ ਕਾ ਚਾਹੀਏ, ਔਰ ਉੱਪਰ ਸੇ ਸਟੂਡੈਂਟ ਕੀ ਸਲਾਹ ਸੇ ਇੱਕ ਲਿਸਟ ਬਨਵਾਨਾ ਚਾਹੀਏ ਕਿ ਜਿਤਨੇ ਵੀ ਸਟ੍ਰਿਕਟ ਟੀਚਰ ਹੈ ਜਿਸਸੇ ਬੱਚੋਂ ਕੋ ਪ੍ਰੋਬਲਮ ਹੈ ਉਨਕੋ ਸਕੂਲ ਸੇ ਬਾਹਰ ਨਿਕਾਲਨਾ ਚਾਹੀਏ। ਦਿਆ ਸ਼ੰਕਰ ਤਿਵਾਰੀ ਮੇਰਾ ਨਾਮ ਹੈ ਸਰ, ਇੱਕ 12ਵੀਂ ਕਲਾਸ ਮੈਂ, ਇੱਕ 8ਵੀਂ ਕਲਾਸ ਮੈਂ। ਸਰ ਇਹ ਬੱਚੋਂ ਕੋ ਟਾਰਚਰ ਬਹੁਤ ਕਰਤੇ ਹੈ, ਮੁਝੇ ਖੁਦ ਲੈ ਕੇ ਯਹਾਂ ਪੇ ਬੱਚੋਂ ਕੇ ਪੀਛੇ ਦੌੜ ਕੇ ਆਉਣਾ ਪੜਤਾ, ਕਹੀਂ ਮਾਰਤੇ ਹੈ ਤੋ ਸਰੀਰ ਪੇ ਲਾਲ ਹੋ ਜਾਤਾ, ਕਹੀਂ ਦਾਗ ਪੜਤੀ ਹੈ ਉਨਕੇ ਨਿਸ਼ਾਨ ਪੜਤੇ, ਬਾਲ ਮੇਂ ਰਿਬਨ ਤੱਕ ਲਗਾ ਦੇਤੇ ਹੈ ਲੋਕ। ਸਰ ਇਹ 12ਵੀਂ ਕਲਾਸ ਕੀ ਹੈ, ਲਾਸਟ ਪੇਪਰ ਹੈ, ਇਸ ਕਰਕੇ ਮੈਨੇ ਬੱਚੋਂ ਕਾ ਬੋਰਡ ਕਾ ਪੇਪਰ ਹੈ, ਇਸ ਕਰਕੇ ਮੈਨੇ ਰੱਖਾ ਹੁਆ ਹੈ। ਸਰ ਇਨਸੇ ਵੀ ਪੁੱਛੋ। ਸਰ ਮੈਂ ਇਹੀ ਥਾ ਕਿ 12ਵੀਂ ਕਿਸੇ ਤਰ੍ਹਾਂ ਨਿਕਲ ਜਾਏ, ਮੈਂ ਬੱਚੋਂ ਕਾ ਯਹਾਂ ਸੇ ਹਟਾ ਦੂੰ। ਪੜ੍ਹਾਣੇ ਕੀ ਤਰੀਕਾ ਨਹੀਂ ਹੈ, ਇਹ ਪੜ੍ਹਾਣੇ ਕਾ ਕੋਈ ਤਰੀਕਾ ਨਹੀਂ ਹੈ ਸਰ, ਬੱਚੋਂ ਕੇ ਸਾਥ ਨਜਾਇਜ਼ ਹੋ ਰਹਾ ਹੈ, ਟੋਰਚਰ ਕੀਆ ਜਾ ਰਹਾ ਹੈ ਬੱਚੋਂ ਕੋ। 4 ਮਹੀਨੇ ਫੀਸ ਲੇਤੇ ਰਹੇ ਸਭ, ਔਰ ਫਿਰ ਮਾਰੇ ਵੀ, ਚੁਟੀਆਂ ਪਕੜ ਕੇ ਮਾਰੇ ਵੀ ਉਸਕੋ, ਪਹਿਲੇ ਮੈਡਮ ਮਾਰੀ ਹੈ ਜੋ ਪੜ੍ਹਾਤੀ ਹੈ, ਫਿਰ ਪ੍ਰਿੰਸੀਪਲ ਮਾਰਾ ਹੈ। ਪ੍ਰਭੂ ਮੰਗ ਹੈ ਕਰੇ ਸਾਥ ਚਾਹੀਏ, ਉਹ ਲੜਕੇ ਕੇ ਸਾਥ ਵੀ ਔਰ ਸਭ ਬੱਚੋਂ ਕੇ ਸਾਥ ਵੀ ਸਾਥ ਚਾਹੀਏ। ਫੀਸ ਨਹੀਂ ਦੇ ਰਹੇ ਹਨ,
जब चाहे जो कह रहे हैं, चाहे अमीरी से चाहे गरीबी से, चाहे जैसे, हम सब उनका पूरा कर रहे हैं कि नहीं कर रहे हैं, पूरा हम करते हैं ना। फिर इनको दुनियादार क्या मतलब है, मारने के लिए हम भेजते हैं यहाँ पे? मारने के लिए नहीं भेजते हम। ਗ੍ਰਿਫਤਾਰੀ ਹੈ ਜੀ ਫਿਲਹਾਲ, ਕੋਈ ਨਹੀਂ। ਐਸ ਡੀ ਐਮ ਸਾਹਿਬ ਅਤੇ ਏ ਸੀ ਪੀ ਸਾਹਿਬ ਮੌਕੇ 'ਤੇ ਆਏ ਹੋਏ ਆ, ਸਾਰੇ ਬੱਚਿਆਂ ਤੋਂ ਪੁੱਛਗਿੱਛ ਹੋ ਰਹੀ ਆ, ਸਾਰੀ ਇਨਕੁਆਇਰੀ ਇਸ ਕੇਸ ਦੀ ਚੱਲ ਰਹੀ ਹੈ ਜਿਹੜਾ 53 ਸੁਸਾਈਡ ਕੇਸ ਆ, ਇਹਦੇ ਰਿਗਾਰਡਿੰਗ ਐਸ ਡੀ ਐਮ ਸਾਹਿਬ, ਏ ਸੀ ਪੀ ਸਾਹਿਬ, ਸਾਰੇ ਅਫਸਰ ਇੱਥੇ ਆਏ ਹੋਏ ਆ, ਪੁੱਛਗਿੱਛ ਵਗੈਰਾ, ਬੱਚੇ ਉਹਦੇ ਕਲਾਸ ਦੇ ਜਿਹੜੇ ਬੱਚੇ ਆ ਉਹਨਾਂ ਤੋਂ ਵੀ ਪੁੱਛਗਿੱਛ ਹੋ ਰਹੀ ਹੈ ਵੀ ਸਕੂਲ ਦੇ ਵਿੱਚ ਕੈਸਾ ਮਾਹੌਲ ਆ, ਬੱਚਿਆਂ ਦੇ ਨਾਲ ਕਿਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ, ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ, ਸੁਸਾਈਡ ਜਿਹੜਾ ਵੀਡੀਓ ਹੈ ਉਹ ਸਭ ਕੁਝ ਸਾਹਮਣੇ ਆ ਚੁੱਕਾ, ਉਸ ਦੇ ਬਾਵਜੂਦ ਹਜੇ ਵੀ ਇਨਕੁਆਇਰੀ ਹੋਣੀ ਕੀ ਵਾਜਿਬ ਹੈ? ਉਹ ਸਾਰਾ ਚੈੱਕ ਕਰ ਰਹੇ ਹਾਂ, ਉਹਦੀ ਵੀ ਭੇਜਾਂਗੇ ਲੈਬੋਰਟਰੀ ਨੂੰ, ਸਾਰਾ ਜਿਹੜਾ ਫੁਟੇਜ ਬਣਾਇਆ, ਉਹਦਾ ਮੋਬਾਈਲ ਵੀ ਕਬਜ਼ੇ 'ਚ ਲੈ ਲਿਆ, ਇਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ 'ਚ ਆ ਜਾਣੀਆਂ ਸਾਰੀ। ਸਰ, ਕਹਿਣ ਦਾ ਮਤਲਬ ਕਿ ਵੀਡੀਓ ਗਲਤ ਹੋ ਸਕਦੀ ਹੈ? ਨਹੀਂ, ਵੀਡੀਓ ਕਿਉਂ ਗਲਤ ਹੋ ਸਕਦੀ ਹੈ, ਵੀਡੀਓ ਵੀ ਵੀਡੀਓ ਉਹਨੇ ਬਣਾਈ ਆ ਅਤੇ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਬੱਚਿਆਂ ਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਆ, ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ, ਲੇਕਿਨ ਪੁੱਛਗਿੱਛ ਅਜੇ ਚੱਲ ਰਹੀ ਆ, ਉਹਦੇ ਨਾਲ ਦੇ ਜਿਹੜੇ ਕਲਾਸ ਦੇ ਸਟੂਡੈਂਟ ਹੈਗੇ ਆ ਉਹ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੀਜਾ ਦਿਨ ਹੈ ਹਜੇ ਤੱਕ, ਦੇਖੋ ਦੋਸ਼ੀ ਤਾਂ ਗ੍ਰਿਫਤਾਰ ਕੋਰਟ 'ਚ ਅਸੀਂ ਪੇਸ਼ ਕਰਾਂਗੇ, ਇਹਨਾਂ ਨੂੰ ਗ੍ਰਿਫਤਾਰ ਕਰਾਂਗੇ, ਦੋਸ਼ੀਆਂ ਦੀ ਕੋਈ ਐਸੀ ਗੱਲ ਨਹੀਂ ਕਿ ਦੋਸ਼ੀ ਗ੍ਰਿਫਤਾਰ ਨਹੀਂ ਹੋਣਗੇ, ਬਿਲਕੁਲ ਗ੍ਰਿਫਤਾਰ ਹੋਣਗੇ। ਕਿੰਨੀਆਂ ਟੀਮਾਂ ਲੱਗੀਆਂ ਇਹਨਾਂ ਛਾਪੇਬਾਰੀ? ਉਹ ਤਾਂ ਪਰਸੋਂ ਦੀ ਹੀ ਚੱਲ ਰਹੀ ਆ, ਟੀਮਾਂ ਅੱਡੋ ਅੱਡ 5 ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਉਹਨਾਂ ਦੀ ਛਾਪੇਮਾਰੀ ਪਰਸੋਂ ਤੋਂ ਹੀ ਚੱਲ ਰਹੀ ਹੈ, ਅਤੇ ਹੁਣ ਜਿਹੜੇ ਸੀਨੀਅਰ ਅਫਸਰ ਆ ਉਹ ਵੀ ਸਕੂਲ ਦੇ ਵਿੱਚ ਸਾਰੇ ਇਨਵੈਸਟੀਗੇਸ਼ਨ ਵਾਸਤੇ ਆਏ ਹੋਏ ਆ। ਬੁਲਾ ਨਿਊਜ਼ ਲਈ ਲੁਧਿਆਣਾ ਤੋਂ ਕੈਮਰਾਮੈਨ ਜਸਵੰਤ ਬਿੱਟੂ ਦੇ ਨਾਲ ਪ੍ਰਦੀਪ ਭੰਡਾਰੀ ਦੀ ਰਿਪੋਰਟ।